ਯੋ ਵਟਸਐਪ ਜੀ, ਕਿਵੇਂ ਹੋ, ਕੀ ਹਾਲ ਚਾਲ? ਚੋਬਰ ਨੇ ਜੇ ਗਾਣੇ ਕੱਢੇ ਨਹੀਂ ਤਾਂ ਕਈ ਮਹੀਨੇ ਹੀ ਪੈ ਗਏ, ਪਰ ਜੇ ਗਾਣੇ ਕੱਢਣ 'ਤੇ ਆਇਆ ਤਾਂ ਵੀਕਲੀ ਗਾਣੇ ਕੱਢ ਰਿਹਾ। ਲਾਸਟ ਵੀਕ ਹਾਲੇ ਗੋਇੰਗ ਆਫ ਰਿਲੀਜ਼ ਹੋਇਆ, ਇਸ ਵੀਕ ਨਵਾਂ ਗਾਣਾ ਆਊਟ ਹੋ ਚੁੱਕਿਆ, ਗਾਣਿਆਂ ਨਾਮ ਹੈ ਜੀ ਵਿਨਿੰਗ ਸਪੀਚ। ਅੱਜ ਇਸੇ ਗਾਣੇ 'ਤੇ ਆਪਾਂ ਰਿਐਕਟ ਕਰਾਂਗੇ, ਬਟ ਬਿਫੋਰ ਸਟਾਰਟਿੰਗ ਦਾ ਵੀਡੀਓ ਲੈ ਮੀ ਇੰਟਰੋਡਿਊਸ ਯੂ ਟੂ ਦੀ ਆਰਟਿਸਟ ਆਫ ਦਾ ਡੇ। ਤੋ ਆਰਟਿਸਟ ਦਾ ਨਾਮ ਹੈ ਜੀ ਡੀ ਕੈਲੀ, ਬਾਈ ਦੀ ਫਸਟ ਸਟੂਡੀਓ ਐਲਬਮ ਅਰਬਨ ਡੋਮੀਨੇਸ਼ਨ ਬਹੁਤ ਹੀ ਜਲਦੀ ਰਿਲੀਜ਼ ਹੋਣ ਜਾ ਰਹੀ ਆ। ਐਲਬਮ 'ਚੋਂ ਪਹਿਲਾ ਟਰੈਕ ਆਲਰੇਡੀ ਆਊਟ ਹੋ ਚੁੱਕਿਆ, ਜਿਸ ਗਾਣੇ ਦਾ ਨਾਮ ਹੈ ਜੀ ਤੇਰੀਆਂ ਗੱਲਾਂ। ਬੜਾ ਹੀ ਘੈਂਟ ਗਾਣਾ, ਬੜੀ ਪਿਆਰਾ ਟਰੈਕ ਆ, ਬਾਈ ਕਾਫੀ ਮਿਹਨਤ ਕਰ ਰਿਹਾ ਆਪਦੇ ਵੱਲੋਂ, ਕਾਫੀ ਸੁਪੀਰੀਅਰ ਕੁਆਲਿਟੀ ਦਾ ਕੰਮ ਕਰ ਰਿਹਾ। ਜਿਹੜੇ ਆਰਟਿਸਟ ਆਪਦੇ ਤੋਂ ਵੱਡੇ ਆਰਟਿਸਟ ਨੂੰ ਡਿਸਰਸਪੈਕਟ ਕਰਦੇ ਆ, ਉਹਨਾਂ ਨੂੰ ਸ਼ਾਰਟਸ ਲੈਂਦੇ ਆ, ਇਹੋ ਜਿਹੇ ਆਰਟਿਸਟਾਂ ਨੂੰ ਸਪੋਰਟ ਕਰਨ ਤੋਂ ਚੰਗਾ ਇੱਦਾਂ ਦੇ ਨਵੇਂ ਆਰਟਿਸਟਾਂ ਨੂੰ ਸਪੋਰਟ ਕਰਿਆ ਕਰੋ, ਤਾਂ ਕਿ ਆਪਾਂ ਨੂੰ ਕੁਛ ਆਉਣ ਵਾਲੇ ਸਮੇਂ 'ਚ ਵੀ ਚੰਗਾ ਸੁਣਨ ਨੂੰ ਮਿਲੇ। ਸੋ ਜਾਇਓ ਬਾਈ ਦਾ ਗਾਣਾ ਜ਼ਰੂਰ ਚੈੱਕ ਕਰਿਓ, ਸਪੋਰਟ ਕਰਕੇ ਆਇਓ। ਜੇ ਇੱਥੋਂ ਜਾਓਗੇ ਤਾਂ ਕਮੈਂਟ ਜ਼ਰੂਰ ਕਰਕੇ ਆਇਓ, ਲਵ ਫਰੋਮ ਬ੍ਰਦਰ ਉਹ ਜੀ, ਬਾਈ ਨੂੰ ਔਇਲਾ ਆਰਮੀ ਦੀ ਪਾਵਰ ਜ਼ਰੂਰ ਦਿਖਾ ਕੇ ਆਇਓ। ਸੋ ਲੈਟਸ ਗੋ, ਬਿਨਾਂ ਟਾਈਮ ਵੇਸਟ ਕੀਤੇ ਸੌਂਗ ਸੁਣਦੇ ਆ। ਵਾਰਨਿੰਗ ਸਪੀਚ ਸਿੰਗਰ ਲਿਰਿਕਸ ਕੰਪੋਜ਼ਰ ਕਰਨ ਔਜਲਾ, ਮਿਊਜ਼ਿਕ ਕੀਤਾ ਮਰਸੀ ਬਾਈ ਨੇ, ਵੀਡੀਓ ਕੀਤੀ ਹੈ ਜੀ ਕਰਨ ਮੱਲੀ ਨੇ। ਲੈਟਸ ਗੋ, ਦੇਖਦੇ ਹਾਂ ਕਿੱਦਾਂ ਦੀ ਵੀਡੀਓ ਰਹਿਣ ਵਾਲੀ ਆ। ਕਰਨ ਮੱਲੀ ਬਾਈ ਦੀਆਂ ਵੀਡੀਓ ਲਈ ਮੈਂ ਥੋੜ੍ਹਾ ਜਿਹਾ ਅਲੱਗ ਲੈਵਲ 'ਤੇ ਐਕਸਾਈਟਡ ਹੋਣਾ, ਕਿਉਂਕਿ ਬਾਈ ਥੋੜ੍ਹੀ ਕ੍ਰੀਏਟੀਵਿਟੀ ਚੀਜ਼ਾਂ 'ਚ ਦਿਖਾਉਂਦਾ ਹੁੰਦਾ। ਐਂਡ ਸੁਣਦੇ ਹਾਂ ਕਿੱਦਾਂ ਦਾ ਗਾਣਾ, ਕਿੱਦਾਂ ਦੇ ਬਾਰਸ ਹੈ। ਵਿਨਿੰਗ ਸਪੀਚ ਡਾਇਰੈਕਟਰ ਬਾਈ ਕਰਨ ਮੱਲੀ। ਮੈਨੂੰ ਉਹ ਲੱਗ ਰਿਹਾ ਸ਼ਾਰਟ, ਨਾ ਮੈਨੂੰ ਸਾਰਾ ਵਿਜ਼ੂਅਲ ਯਾਦ ਆ ਰਿਹਾ ਸਕੁਐਡ ਗੇਮ 'ਚ, ਆਣਾ ਜਿੱਦਾਂ ਉਹ ਖੜੇ ਹੁੰਦੇ ਆ, ਸੇਮ ਉੱਦਾਂ ਹੀ ਲੱਗ ਰਿਹਾ ਸਾਰਾ ਕੁਛ, ਕੈਂਟ ਲੱਗ ਰਿਹਾ ਯਾਰ। ਲੈਟਸ ਕੰਸੈਂਟਰੇਟ ਔਨ ਸੌਂਗ। ਦੋ ਦੋ ਘੋੜੇ ਮਹਿਗਨਾ ਨੀ, ਚਾਰ ਜੀ ਵਹਿਗਨਾ ਨੀ, ਉੱਤੇ ਨੂੰ ਮੈਂ 6-6 ਇੰਚ ਚੱਕੀਆਂ। ਟਾਈਮ ਲੱਗੂ ਮਿੱਟਣੇ ਨੂੰ, ਸਾਨੂੰ ਥੱਲੇ ਸਿੱਟਣੇ ਨੂੰ, 21 ਵਾਰੀ ਜ਼ੋਰ ਲਾ ਲੈ ਛੱਤੀਆਂ। ਐਨੇ ਇੱਕੋ ਨਾਰਦਾ ਮੈਂ, 10 ਵਾਰੀ ਬਾਰਦਾ ਮੈਂ, ਉਹਦੇ ਉੱਤੋਂ 100-100 ਦੀਆਂ ਗੱਥੀਆਂ। ਕਿਆ ਬਾਤ ਹੈ, ਟਾਈਮ ਲੱਗੂ ਮਿੱਟਣੇ ਨੂੰ, ਸਾਨੂੰ ਥੱਲੇ ਸਿੱਟਣੇ ਨੂੰ, 21 ਵਾਰੀ ਜ਼ੋਰ ਲਾ ਲੈ ਛੱਤੀ। ਬਲ ਕੱਟ ਤਾਰਿਕਾ ਨੇ, ਹੁਣ ਟੁੱਟੇ ਨਾ ਕਰੀਜ, ਹੋਰਾਂ ਰੁੱਖਿਆਂ ਸਵਾ ਦੇ, ਸਾਨੂੰ ਆਉਂਦੀ ਨੀ ਤਮੀਜ਼, ਆਹ ਤੈਨੂੰ ਦਿੱਤੀ ਸਾਂ। ਕਿੰਨੀ ਸਹੀ ਗੱਲ ਆ ਨਾ ਯਾਰ, ਥੋੜ੍ਹੇ ਕਹਿੰਦਾ ਬਲ ਕੱਢ ਤਾਰਿਕਾ ਨੇ, ਹੁਣ ਨਹੀਂ ਵਲ ਪੈਂਦਾ ਹੈ ਨਾ ਕਮੀਜ਼ 'ਚ, ਅਤੇ ਕਹਿੰਦਾ ਥੋੜ੍ਹੇ ਰੁੱਖੇ ਆ ਸੁਭਾਅ ਦੇ, ਸਾਨੂੰ ਆਉਂਦੀ ਨਹੀਂ ਤਮੀਜ਼। ਸਹੀ ਗੱਲ ਆ, ਥੋੜ੍ਹੇ ਖਾਸ ਕਰਕੇ ਯਾਰ ਮਾਲਵੇ ਵਾਲੇ ਰੁੱਖੇ ਹੁੰਦੇ ਆ ਯਾਰ, ਉਹ ਚੀਜ਼ ਹੈਗੀ ਆ ਬਾਈ ਅੰਦਰ ਵੀ, ਰੁੱਖਾ ਸੁਭਾਅ ਤਾਂ ਕਈ ਵਾਰੀ ਇੱਧਰ ਉੱਧਰ ਹੋ ਜਾਂਦੀ ਆ ਚੀਜ਼। ਸੋ ਸੁਭਾਅ ਆ, ਕੋਈ ਉੱਦਾਂ ਵੱਡੀ ਗੱਲ ਹੈ ਨਾ। ਕਿੱਡਾ ਸਹੀ ਸ਼ੋਟ ਲੱਗ ਰਿਹਾ, ਰਿੰਗ ਦਿਖਾਇਆ ਗਿਆ ਬੇਸਿਕਲੀ, ਵੀ ਮਤਲਬ ਮੈਦਾਨ 'ਚ ਇਕੱਲਾ ਹੀ ਖੜਾ, ਕੋਈ ਹੈ ਨਹੀਂ, ਜਿਹੜੇ ਕਹਿੰਦੇ ਸੀ ਸਾਨੂੰ ਲੱਭੇ ਨਾ ਮੈਦਾਨ, ਅਸੀਂ ਖੇਡਣੇ ਨੂੰ ਖੜੇ, ਸਟਿਲ ਬਰੋ ਇਕੱਲਾ ਖੜਾ ਉਹ ਰਿੰਗ ਦੇ ਵਿੱਚ ਨਾ। ਸਿੱਟਣੇ ਨੂੰ 21 ਵਾਰੀ ਜ਼ੋਰ ਲਾ ਲੈ ਛੱਤੀ, ਬਲ ਕੱਢ ਤਾਰਿਕਾ ਨੇ, ਹੁਣ ਟੁੱਟੇ ਨਾ ਕਰੀਜ, ਥੋੜਾ ਰੁੱਖਿਆ ਸਵਾ ਦੇ, ਸਾਨੂੰ ਆਉਂਦੀ ਨੀ ਤਮੀਜ਼, ਆ ਲੈ ਤੈਨੂੰ ਦਿੱਤੀ ਸਾਂਭਲਾ ਨੀ, ਬੇਬੇ ਵਾਲੀ ਚੁੰਨੀ, ਬੈਠਾ ਡਬਲਾਰ ਵਿੱਚ ਪਾ ਕੇ ਬਾਪੂ ਦੀ ਕਮੀਜ਼। ਯਾਰ ਬਾਤ ਹੈ, ਇਟਸ ਆਲ ਅਬਾਊਟ ਟਰੂ ਲਵ ਬ੍ਰੋ, ਇਟਸ ਆਲ ਅਬਾਊਟ ਟਰੂ ਲਵ, ਹੈ ਨਾ। ਮਤਲਬ ਹਰੇਕ ਬੰਦਾ ਯਾਰ, ਹਰ ਬੰਦੇ ਦੇ ਮਾਂ ਪਿਓ ਵੱਲੋਂ ਆਪਾਂ ਨੂੰ ਕੁਛ ਨਾ ਕੁਛ ਮਿਲਦਾ ਹੁੰਦਾ, ਇੱਕ ਸੁਗਾਤ ਹੁੰਦੀ ਆ ਇੱਕ ਮਾਂ ਦੇ ਦਿਲ 'ਚ, ਕਿੰਨਾ ਕੁਛ ਹੁੰਦਾ ਕਿ ਯਾਰ ਜਦੋਂ ਮੇਰੇ ਮੁੰਡੇ ਦਾ ਵਿਆਹ ਹੋਊਗਾ ਮੈਂ ਆਪਦੇ ਮੁੰਡੇ ਨੂੰ ਆ ਦਊਂਗੀ, ਹੈ ਨਾ। ਸੋ ਬਾਈ ਕੋਲ ਜੋ ਆਪਦੇ ਬੇਬੇ ਬਾਪੂ ਦਾ ਐਕਚੁਅਲ ਬਚਿਆ ਹੋਇਆ ਸੀ, ਬਾਪੂ ਦੀ ਕਮੀਜ਼ ਜਾਂ ਬੇਬੇ ਦੀ ਚੁੰਨੀ, ਜੋ ਵੀ ਬਾਈ ਕੋਲ ਉਸ ਟਾਈਮ ਬਚਿਆ ਸੀ ਬਾਈ ਨੇ, ਹੈ ਨਾ, ਹਮੇਸ਼ਾ ਹਿੱਕ ਨਾਲ ਲਾ ਕੇ ਰੱਖੀ ਹੋਣੀ ਆ, ਉਹ ਚੀਜ਼ ਸੰਭਾਲ ਕੇ ਰੱਖੀ ਹੋਣੀ ਆ, ਉਹਨੂੰ ਇੱਕ ਸੁਗਾਤ ਦੇ ਵਾਂਗੂ ਆਪਦੀ, ਹੈ ਨਾ, ਵਾਈਫ ਨੂੰ ਇੱਕ ਸੁਗਾਤ, ਹੈ ਨਾ, ਜਿੱਦਾਂ ਕੋਈ ਚੀਜ਼ ਦਿੰਦੇ ਆ ਆਪਣੇ ਗੋਲਡ ਦੀਆਂ ਚੀਜ਼ਾਂ ਦਿੰਦੇ ਆ, ਸੋ ਉਸ ਟਾਈਪ, ਹੈ ਨਾ, ਦਿੱਤੀ ਚੀਜ਼। ਸੋ ਕਿੰਨੀ ਮਤਲਬ ਇੱਕ ਪ੍ਰੀਸ਼ੀਅਸ ਜੀ ਚੀਜ਼ ਲੱਗ ਰਹੀ ਆ, ਕਿੰਨੀ ਇੱਕ ਪਿਓਰ ਜੀ ਕੁਆਲਿਟੀ ਲੱਗ ਰਹੀ ਆ ਇਸ ਗੱਲ ਪਿੱਛੇ ਨਾ। ਗੱਲਾਂ ਛੋਟੀਆਂ ਹੁੰਦੀਆਂ ਕਈ ਵਾਰੀ ਬਾਈ ਦੀਆਂ, ਬਟ ਗੱਲਾਂ ਦੇ ਜਿਹੜੇ ਅਰਕ ਹੁੰਦੇ ਆ ਉਹ ਬਹੁਤ ਵੱਡੇ ਹੁੰਦੇ ਆ, ਮਤਲਬ ਹਲਕੇ ਸ਼ਬਦਾਂ ਦੇ ਵਿੱਚ ਕਈ ਵਾਰੀ ਬੰਦਾ ਕਹਿ ਜਾਂਦਾ, ਸੁਣਨ 'ਚ ਹਲਕੀ ਲੱਗਦੀ ਆ ਗੱਲ, ਬਟ ਐਕਚੁਅਲ ਭਾਰੀ ਚੀਜ਼ ਹੁੰਦੀ ਆ ਉਹ।
ਸੋ ਉਹ ਚੀਜ਼ਾਂ ਬਜਦੇ ਗਾਣੇ ਚ ਆਲਵੇਸ ਹੁੰਦੀਆਂ ਯਾਰ। ਅਦੇ ਸਾਨੂੰ ਆਉਂਦੀ ਨੀ ਤਮੀਜ਼, ਆ ਲੈ ਤੈਨੂੰ ਦਿੱਤੀ ਸਾਂਭਲਾ ਨੀ ਬੇਬੇ ਵਾਲੀ ਚੁੰਨੀ, ਬੈਠਾ ਡਬਲਾਰ ਵਿੱਚ ਪਾ ਕੇ ਬਾਪੂ ਦੀ ਕਮੀਜ਼, ਨੀਰ ਕਾਨੇ ਹੁਣ ਰਾਂਝਿਆਂ ਨੂੰ ਖੇੜਾ, ਬਾਲਾ ਨੇੜੇ ਨੂੰ ਨਾ ਜਾਵਾਂ ਬਸ ਝਾਕਾ ਹੀ ਬੜਾ ਮੇਰਾ, ਬਾਲਾ ਰੁਕਾ ਨਾ ਰਕਾਨੇ ਕਿਤੇ ਮਾਰਾ ਇੱਕ ਫੇਰਾ, ਨੱਟੀ ਤੋਂ ਬਣ ਖਾ ਕੇ ਦਿੱਤਾ ਇੱਕ ਬਾਰੀ ਗੇੜਾ, ਕਿੱਥੇ ਦਵੇ ਹਰ ਕਾਨੇ ਨਾ ਦੇਖ ਲਈ ਦਬਾ ਕੇ, ਕਰਾਂ ਸ਼ਾਪਿੰਗਾਂ ਮਿਲਾਨੇ ਆ ਫਗਾਨੇ ਵਾਲੀ ਖਾ ਕੇ, ਤੇਰਾ ਤਾਂ ਨੀ ਕਾਨੇ ਚੇਂਜ ਕਰਦੇ ਮਹਾਰੀ, ਜੁੱਤੀ ਪੈਰਾਂ ਵਿੱਚ ਪਾਵਾਂ ਤੇਰੇ ਪੈਰ ਸੋ ਮੰਗਾ ਕੇ, ਤਿੰਨ ਮਹੀਨੇ ਤਿੰਨ ਚੇਂਜ ਨੇ ਲੋਕੇਸ਼ਨ ਹਰ ਕਾਨੇ, ਨਿੱਤ ਯੂਏ ਤੋਂ ਯੂਕੇ ਨੂੰ ਰੋਟੇਸ਼ਨ ਹਰ ਕਾਨੇ, ਮੈਂ ਤਾਂ ਰੁਕ ਜਾ ਦਿਮਾਗ ਸਾਲਾ ਰੁਕਦਾ ਨੀ ਮੇਰਾ, ਤਾਂ ਹੀ ਲਾ ਲਈਏ ਸਮਾਧੀ ਮੈਡੀਟੇਸ਼ਨ ਹਰ ਕਾਨੇ, ਸਾਡੇ ਕੋਲੋਂ ਸਿੱਖੋ ਹੁਣ ਸਾਨੂੰ ਦੇਣ ਮੱਤਾਂ, ਸਾਨੂੰ ਕਿੰਨਾ ਕੁਝ ਦੇ ਗਈਆਂ ਨੀ ਮਿੱਟੀ ਦੀਆਂ ਵੱਟਾਂ, ਹੁਣ ਲੰਗੇ ਤੇਰਾ ਯਾਰ ਮਾਰ ਕੈਮਰਾ ਫਲੈਸ਼, ਹੁਣ ਖਿੱਚਦੇ ਨੇ ਫੋਟੋ ਕਦੇ ਖਿੱਚਦੇ ਸੀ ਲੱਗਦਾ ਇਹ ਅੱਖ ਨਾਲ, ਸਲੈਪ ਸੌਂਗ ਸਲੈਪ ਬ੍ਰੋ, ਸਹੀ ਗੱਲ ਹੈ ਬ੍ਰੋ, ਕਹਿੰਦਾ ਕਦੇ ਲੱਤਾਂ ਖਿੱਚਦੇ ਸੀ ਅਤੇ ਅੱਜ ਫੋਟੋਆਂ ਖਿੱਚਦੇ, ਯਾਰ ਗੱਲਾਂ ਸੁਣੋ ਯਾਰ, ਬੰਦੇ ਦਾ ਵਰਡ ਪਲੇ ਰਾਈਮ ਸਕੀਮ ਸੁਣੋ, ਸੁਣੋ ਬਸ ਸੁਣੋ ਮੇਰੀ ਨਾ ਸੁਣੋ ਆਹ ਚੀਜ਼ ਸੁਣੋ, ਜੱਦੀ ਮਰੀ ਤੇਰੇ ਉੱਤੇ ਸਾਨੂੰ ਸਿੱਧਾ ਨੇ ਬਣਾ ਗਏ ਨੀ ਹਾਲਾਤ ਸਾਡੇ ਪੁੱਠੇ, ਤੂੰ ਤਾਂ ਹੁਣੇ ਤੰਗ ਆ ਗਈ ਬੀਬਾ ਨੀਂਦ ਰਾਏ ਉੜਾ ਕੇ, ਸਾਨੂੰ ਕਈ ਸਾਲ ਹੋ ਗਏ ਨੀ ਉਹ ਚੰਗੀ ਤਰ੍ਹਾਂ ਸੁੱਤੇ, ਨਾਰਾ ਛਾੜ ਕੇ ਤੇ ਮੇਰੀ ਰੱਖਾਂ ਸਾੜ ਕੇ ਰਕਾਨੇ, ਪੀਂਦੇ ਮੋਟਰਾਂ ਦੇ ਜਾਂ ਪੱਟੂ ਕਾੜ ਕੇ ਰਕਾਨੇ, ਤੇਰੇ ਫੁੱਲਾਂ ਦੇ ਮਾਰੇ ਉਹ ਕਾਲਾ ਜੱਟ ਬਿਠਾ ਰੱਖਿਆ ਮੰਜੇ ਤੇ, ਸਰਾ ਵਿਜ਼ੂਅਲ ਸੋਹਣੇ ਲੱਗ ਰਿਹਾ ਨਾ, ਡਿਫਰੈਂਟ ਜੀ ਚੀਜ਼ ਲੱਗ ਰਿਹਾ, ਡਿਫਰੈਂਟ ਫਰੇਮ ਇਹ ਲੱਗ ਰਿਹਾ ਨਾ, ਸੋਹਣੀ ਲੱਗ ਰਹੀ ਚੀਜ਼ ਯਾਰ, ਹੁਣੇ ਤੰਗ ਆ ਗਈ ਬੀਬਾ ਨੀਂਦ ਰਾਏ ਉੜਾ ਕੇ, ਸਾਨੂੰ ਕਈ ਸਾਲ ਹੋ ਗਏ ਨਹੀਂ ਉਹ ਚੰਗੀ ਤਰ੍ਹਾਂ ਸੁੱਤੇ, ਇਹ ਸਹੀ ਗੱਲ ਹੈ, ਤੇ ਬਹਿਰੀ ਰੱਖਾਂ ਸਾੜ ਕੇ ਰਕਾਨੇ, ਪੀਂਦੇ ਮੋਟਰਾਂ ਦੇ ਜਾਂ ਪੱਟੂ ਕਾੜ ਕੇ ਰਕਾਨੇ, ਤੇਰੇ ਫੁੱਲਾਂ ਦੇ ਮਰੇ ਨੇ ਮੈਂ ਵੀ ਇੱਕ ਐਮ ਲਾਤਾ, ਹਲੇ ਨਵੀਆਂ ਫਰਾਰੀ ਜੁੱਤੀ ਝਾੜ ਕੇ ਰਕਾਨੇ, ਦਿਲ ਤੋੜਦੇ ਮੈਂ ਸ਼ੀਸ਼ੇ ਸਾਕ ਮੋੜ ਤੇ ਕਤਾਰਾਂ ਵਿੱਚ 18 ਹੋਰ ਪੱਕੀਆਂ, ਦੂਰੋਂ ਮੱਥਾ ਟੇਕਦੀਆਂ ਮੁੜ ਮੁੜ ਦੇਖਦੀਆਂ, ਅਸੀਂ ਨਹੀਂ ਉਹ ਇੱਕ ਵਾਰੀ ਤੱਕੀਆਂ, ਲਾਈਕ ਕਿਆ ਬਾਤਾਂ ਨੇ ਯਾਰ, ਕਿਆ ਬਾਤਾਂ ਨੇ, ਕਹਿੰਦਾ ਸ਼ੇਸ਼ੇ ਸਾਕ ਮੋੜ ਤੇ 18 ਹਜੇ ਹੋਰ ਪੱਕੀਆਂ ਕਤਾਰ 'ਚ, ਕ੍ਰੇਜ਼ੀ ਮੈਨ, ਲਾਈਕ ਕਿੱਥੋਂ ਗੱਲਾਂ ਜੋੜਦਾ ਯਾਰ ਬੰਦਾ, ਹੈ ਨਾ ਇੱਕ ਇੱਕ ਯਾਰ, ਮਤਲਬ ਬਹੁਤ ਆਰਟਿਸਟ ਆਪਣੇ, ਬਹੁਤ ਲਿਰਿਸਿਸਟ ਆਪਣੇ ਪੰਜਾਬੀ ਇੰਡਸਟਰੀ ਦੇ, ਟਰਾਈ ਕਰ ਰਿਹਾ, ਬਟ ਸਟਿਲ ਕਿਤੇ ਨਾ ਕਿਤੇ ਲੱਗਦਾ ਕਿ ਉਹ ਇਹ ਲੈਵਲ ਮੈਚ ਨਹੀਂ ਕਰ ਪਾਉਂਦੇ, ਲਿਖਾਈ ਦਾ ਕੌਂਪੋ ਦਾ ਨਹੀਂ ਕਰ ਪਾਉਂਦੇ, ਹੈ ਨਾ ਜੋ ਚੀਜ਼ਾਂ ਔਇਲਾ ਕਰਦਾ ਤੈਨੂੰ ਅੱਜ ਇੱਥੇ ਬੈਠਾ, ਹੈ ਨਾ ਮੈਂ ਰੀਸੈਂਟ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਕਿ ਕਰਨ ਔਜਲਾ ਤਾਂ ਉਸ ਟਾਈਮ ਵੀ ਪਰੂਫ ਕਰ ਗਿਆ ਸੀ ਕਿ ਉਹ ਦੇ ਅਹੈਡ ਆ, ਸੋ ਕਾਫੀ ਲੋਕ ਉਹਨੂੰ ਵਿਊਜ਼ ਨਾਲ ਕੰਪੈਰੀਜ਼ਨ ਕਰਨ ਲੱਗ ਗਏ ਸੀ ਕਿ ਉਹਦੇ ਇੰਨੇ ਵਿਊਜ਼ ਆ, ਉਹਦੇ ਇੰਨੇ ਵਿਊਜ਼ ਆ, ਬਰੋ ਬਿਲੀਅਨ ਵਿਊਜ਼ ਖਰੀਦੀਏ ਉਹ ਬੰਦੇ ਖਰੀਦ ਸਕਦੇ ਆ, ਬਟ ਉਹਨਾਂ ਦੇ ਜਿਹੜੇ ਗਾਣੇ ਚੱਲਦੇ ਆ, ਉਹਨਾਂ ਦੀ ਜਿਹੜੀ ਔਡੀਅੰਸ ਆ ਉਹ ਵੱਧਦੀ ਜਾ ਰਹੀ ਹੈ ਡੇ ਬਾਏ ਡੇ ਯਾਰ, ਉਹ ਮਤਲਬ ਇਸ ਟਾਈਮ 'ਤੇ ਉਹ ਵੀ ਇਸ ਮੈਂਟੈਲਿਟੀ 'ਤੇ ਐਡੇ ਵੱਡੇ ਲੈਵਲ 'ਤੇ ਬੈਠਾ ਕਿ ਵਿਊਜ਼ ਯਾਰ, ਤੁਸੀਂ ਲੋਕ ਹੈ ਨਾ ਜ਼ਿੰਦਗੀ 'ਚ ਕਦੇ ਵਿਊਜ਼ ਤੋਂ ਬਾਹਰ ਹੀ ਨਹੀਂ ਨਿਕਲ ਸਕੇ ਵੀ ਇੰਨੇ ਵਿਊਜ਼ ਆ, ਇੰਨੇ ਫੋਲੋਵਰ ਆ, ਬਰੋ 20,000 ਰੁਪਇਆ ਲੱਗਦਾ ਕਹਿੰਦਾ ਫੋਲੋਵਰ, ਅਸੀਂ ਕਿੰਨੇ ਮਰਜ਼ੀ ਪਵਾ ਲਈਏ, ਸੋ ਹੁਣ ਮੈਂ ਤੁਹਾਨੂੰ ਕੀ ਸਮਝਾਉਣਾ ਯਾਰ, ਜੇ ਤੁਸੀਂ ਸਮਝਣ ਵਾਲੇ ਹੁੰਦੇ ਤਾਂ ਆਲਰੇਡੀ ਸਮਝੇ ਹੁੰਦੇ, ਵੇਅਰ ਹੈਡ ਅਸੀਂ ਇੱਕ ਵਾਰੀ ਤੱਕੀਆਂ, ਨਾਰਦਾ ਮੈਂ 10 ਵਾਰੀ ਬਾਹਰਦਾ ਮੈਂ ਉਹਦੇ ਉੱਤੋਂ 100-100 ਦੀਆਂ ਗੱਥੀਆਂ, ਮਿੱਟੜੇ ਸਿੱਟੜੇ ਨੂੰ
ਵਾਰੀ ਜ਼ੋਰ ਲਾ ਲੈ ਛੱਤੀਆਂ ਲਾ ਲੋ ਜਿੰਨਾ ਜ਼ੋਰ ਲਾਉਂਦਾ ਉਹ ਕੁੜੀ ਚੱਟ ਦੀ ਫਰਹਿ ਗਰੇ ਸਕੂਰ ਤੋਂ ਪਛਾਣੇ ਅਸੀਂ ਆਸ ਕਿਸ ਨਵੇਂ ਨੀ ਸ਼ਿਕਾਰੀਆਂ ਪੁਰਾਣੇ ਘਰ ਸੁੱਕਦਾ ਕਹਿੰਦੀ ਤੂੰ ਜਦੋਂ ਸੁਪਨੇ ਚ ਆਵੇਂ ਨੱਟੀ ਉਦੋਂ ਦੀ ਸੌਂਦੀ ਆ ਪਾਣੀ ਰੱਖ ਕੇ ਸਰਾਣੇ ਮੈਂ ਕਹ ਚੱਲ ਦੇ ਰਕਾਨੇ ਸਿੱਕੇ ਮਿੱਤਰਾਂ ਦੇ ਖੋਟੇ ਆ ਕੇ ਬਹਿੰਦੇ ਰਕਾਨੇ ਚੀਨੇ ਮਿੱਤਰਾਂ ਦੇ ਕੋਠੇ ਤੈਨੂੰ ਸੋਹਣੀਏ ਰਕਾਨੇ ਕਰਾਂ ਹੱਥਾਂ ਨਾਲ ਸ਼ਾਮ ਜਿਵੇਂ ਕਰਦੇ ਨੇ ਸ਼ਾਮਾਂ ਸਾਡੇ ਪਿੰਡਾਂ ਦੇ ਬਰੋਟੇ ਕੁਝ ਖਾ ਕੇ ਤੇਰੀ ਤਾਰ ਦਾ ਨਜ਼ਰ ਗਨ ਪਾਊਡਰ ਸੁਆ ਕੇ ਤੂੰ ਡਰ ਨਾ ਰਕਾਨੇ ਦੇ ਕੇ ਅੱਖਾਂ ਵਿੱਚ ਪਾ ਕੇ ਜਦੋਂ ਚੱਲਦੀ ਬਰੇਟਾ ਦਿੰਦੀ ਸੁਰਮਾ ਬਣਾ ਕੇ ਕਾਫੀ ਕਰ ਲਈ ਕਮਾਈ ਕਾਫੀ ਮਿੱਤਰਾਂ ਨੇ ਡਾਲੀ ਥੋੜੇ ਹੰਬਲਾਂ ਰਕਾਨੇ ਲੈਂਬੋ ਨੀ ਨੀ ਕਰਵਾਲੀ ਨਵੇਂ ਸ਼ੋਰਾਂ ਤੋਂ ਰਕਾਨੇ ਗੱਡੀ ਚੱਲਦੀ ਨੀ ਸਿੱਧੀ ਲਾਦਾ ਮੀਚ ਕੇ ਅੱਖਾਂ ਨੂੰ ਬੈਕ ਗੰਨੇ ਦੀ ਟਰਾਲੀ ਲੱਗੇ ਗੱਭਰੂ ਦੀ ਤੋੜ ਕੁੜੀ ਨੋ ਮਰਸੀ ਮੋੜ ਤੇ ਆ ਬੰਦਾ ਕ੍ਰੇਜ਼ੀ ਯਾਰ ਕਹਿੰਦਾ ਨਵੇਂ ਸ਼ੋਰਾਂ ਤੋਂ ਸਿੱਧੀ ਨਹੀਂ ਚੱਲਦੀ ਅਤੇ ਅਸੀਂ ਗੰਨੇ ਦੀ ਟਰਾਲੀ ਵੀ ਬੈਕ ਕਰਕੇ ਲਾ ਰਹੇ ਜੇ ਇਹ ਆ ਪਿੰਡਾਂ ਵਾਲੇ ਯਾ ਕਿੱਡੇ ਸਹੀ ਵਰਡਸ ਚੁਣੇ ਗਏ ਆ ਹੈ ਨਾ ਕਿੱਡੇ ਸਹੀ ਇੱਕ ਇੱਕ ਵਰਡ ਕਿੰਨਾ ਵਧੀਆ ਚੁਣਿਆ ਗਿਆ ਹੈ ਨਾ ਉਹ ਚੀਜ਼ ਸੁਣਦੇ ਹੈ ਨਾ ਕਿੱਦਾਂ ਸਟਾਰਟਿੰਗ ਤੋਂ ਲੈ ਕੇ ਹੈ ਨਾ ਕੁਛ ਲਾਈਕ ਮੈਥਾਮੈਟੀਕਲ ਅੱਖਰ ਯੂਜ਼ ਹੋ ਰਿਹਾ ਜਿੱਦਾਂ 12 10 21 18 ਹੈ ਨਾ ਕਿੰਨੇ ਵਰਡ ਯੂਜ਼ ਕੀਤੇ ਉਹ ਚੀਜ਼ ਨੂੰ ਬੜੇ ਸਹੀ ਤਰੀਕੇ ਨਾਲ ਰਾਈਮ ਕੀਤਾ ਹੈ ਕ੍ਰੇਜ਼ੀ ਮੈਨ ਸੋਹਣੀ ਲੱਗ ਰਹੀ ਹੈ ਨਾ ਚੀਜ਼ ਯਾਰ ਗਾਣਾ ਆਪਣੇ ਆਪ 'ਚ ਬਹੁਤ ਘੈਂਟ ਆ ਵਿਜ਼ੂਅਲਸ ਨਾਲ ਹੋਰ ਘੈਂਟ ਲੱਗ ਰਿਹਾ ਕੁਝ ਖਾ ਕੇ ਤੇਰੀ ਤਾਰ ਦਾ ਨਜ਼ਰ ਗਨ ਪਾਊਡਰ ਸੁਆ ਕੇ ਗਨ ਪਾਊਡਰ ਸੁਆ ਗਿਆ ਨੀ ਦੇਖ ਅੱਖਾਂ ਵਿੱਚ ਸਾਡੇ ਕੋਲ ਤਾਂ ਉਹੀ ਸੁਰਮਾ ਚੱਲਦੀ ਬਰੇਟਾ ਦਿੰਦੀ ਸੁਰਮਾ ਬਣਾ ਕੇ ਕਾਫੀ ਕਰ ਲਈ ਕਮਾਈ ਕਾਫੀ ਮਿੱਤਰਾਂ ਨੇ ਡਾਲੀ ਥੋੜੇ ਹੰਬਲਾਂ ਰਕਾਨੇ ਲੈਂਬੋ ਨੀ ਨੀ ਕਰਵਾਲੀ ਨਵੇਂ ਸ਼ੋਰਾਂ ਤੋਂ ਰਕਾਨੇ ਗੱਡੀ ਚੱਲਦੀ ਨੀ ਸਿੱਧੀ ਲਾਦਾ ਮੀਚ ਕੇ ਅੱਖਾਂ ਨੂੰ ਬੈਕ ਗੰਨੇ ਦੀ ਟਰਾਲੀ ਲੱਗੇ ਗੱਭਰੂ ਦੀ ਤੋੜ ਕੁੜੀ ਟੁੱਟੀ ਪਈ ਨੂੰ ਆਵੇ ਇਹ ਨਹਿਰ ਦੀ ਫਸਲ ਜਿਵੇਂ ਫੁੱਟੀ ਪਈ ਨੂੰ ਆਵੇ ਮੇਰੀ ਯਾਦ ਦੀ ਮਾਰੀ ਨੂੰ ਤੈਨੂੰ ਹਿੱਚ ਕੀ ਰਕਾਨੇ ਸੱਚੀ ਬਾਰਸ ਦੇ ਗਾਣੇ ਵਾਂਗੂ ਸੁੱਤੀ ਪਈ ਨੂੰ ਆਵੇ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਇਹ ਵੀ ਬੰਦਾ ਟ੍ਰਿਵਲੀ ਫੈਨ ਆ ਵਾਰਸ ਬਾਈ ਦਾ ਕੈਂਟ ਆਰਟਿਸਟ ਯਾਰ ਮਤਲਬ ਮੈਂ ਚਾਹੁੰਦਾ ਕਿਤੇ ਨਾ ਕਿਤੇ ਬਾਈ ਕਲੈਬ ਕਰੇ ਯਾਰ ਵਾਰਸ ਬ੍ਰਦਰਸ ਨਾਲ ਕਰਨੀ ਚਾਹੀਦੀ ਹੈ ਯਾਰ ਆਈ ਥਿੰਕ ਘੈਂਟ ਬਣੂਗੀ ਚੀਜ਼ ਕਿਉਂਕਿ ਬਾਈ ਇੱਦਾਂ ਦੇ ਕਾਫੀ ਗਾਣੇ ਕਰ ਚੁੱਕਿਆ ਕਨਵਰ ਗਰੇਵਾਲ ਨਾਲ ਵੀ ਇੱਕ ਗਾਣਾ ਕੀਤਾ ਸੀ ਇਹਨਾਂ ਨੇ ਆਈ ਥਿੰਕ ਕਰਨਾ ਚਾਹੀਦਾ ਯਾਰ ਹੁਣ ਟਾਈਮ ਹੈਗਾ ਕਰ ਸਕਦੇ ਆ ਇੱਕ ਕੁੜੀ ਫੈਨ ਹੋ ਗਈ ਔਜਲੇ ਦੇ ਕੰਨਾਂ ਵਿੱਚ ਨਾਰ ਦੀ ਫਸਲ ਜਿਵੇਂ ਫੁੱਟੀ ਪਈ ਨੂੰ ਆਵੇ ਮੇਰੀ ਯਾਦ ਦੀ ਮਾਰੀ ਨੂੰ ਤੈਨੂੰ ਹਿੱਚ ਕੀ ਰਕਾਨੇ ਸੱਚੀ ਬਾਰਸ ਦੇ ਗਾਣੇ ਵਾਂਗੂ ਸੁੱਤੀ ਪਈ ਨੂੰ ਆਵੇ ਬੇਚੈਨ ਹੋ ਗਈ ਇੱਕ ਕੁੜੀ ਫੈਨ ਹੋ ਗਈ ਔਜਲੇ ਦੇ ਕੰਨਾਂ ਵਿੱਚ ਨੱਤੀਆਂ ਕਰੀਦੀ ਨਹੀਂ ਕਹੇ ਯੂ ਆਲਰੇਡੀ ਨੋ ਹੂ ਇਜ਼ ਸ਼ੀ ਸੋਹਣਾ ਜਿਹਾ ਮੁੰਡਾ ਉਹਦੇ ਕੰਨਾਂ 'ਚ ਨੱਤੀਆਂ ਪਾਈਆਂ ਹੋਈਆਂ ਬੜੀ ਸੋਹਣੀ ਸਿਨੇਮੈਟੋਗ੍ਰਾਫੀ 'ਚ ਵੀ ਉਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਉਹ ਕੁੜੀ ਬੋਲਦੀ ਆ ਉਸੇ ਮਤਲਬ ਹਾਉ ਭਾਵ ਵਿੱਚ ਬੋਲ ਰਹੀ ਆ ਕਿ ਕੁੜੀ ਫੈਨ ਹੋ ਗਈ ਔਜਲੇ ਦੇ ਕਹਿੰਦੀ ਕੰਨਾਂ ਵਿੱਚ ਨੱਤੀਆਂ ਯੂ ਆਲਰੇਡੀ ਨੋ ਟੈਟੂ ਮੰਟਾ ਲਿਆ ਪਰ ਹੁਣ ਸੱਚੀ ਬਾਰਸ ਦੇ ਗਾਣੇ ਵਾਂਗੂ ਸੁੱਤੀ ਪਈ ਨੂੰ ਆਵੇ ਵਿੱਚ ਕੀ ਆਉਣਗੀਆਂ ਇੱਕ ਕੁੜੀ ਫੈਨ ਹੋ ਗਈ ਔਜਲੇ ਦੇ ਕੰਨਾਂ ਵਿੱਚ ਨੱਤੀਆਂ ਕਰੀਦੀ ਨਹੀਂ ਕਹਿਰ ਕੁੜੇ ਗੌੜਦੀ ਨਹੀਂ ਸ਼ੇਰ ਕੁੜੇ ਪਿੰਡਾਂ ਹੁਣ 12 ਵਾਰੀ ਇਕੱਠੀਆਂ ਕਿਆ ਬਾਤਾਂ ਨੇ ਕਰੀਦੀ ਨਹੀਂ ਕਹਿਰ ਕੁੜੇ ਤੁਹਾਨੂੰ ਮੈਂ ਕਹਿੰਦਾ ਨਾ ਯਾਰ ਜਦੋਂ ਹੁਣ ਕੁਛ ਸੱਜਰੇ ਹਿੱਟਰ ਜਿਹੜੇ ਆਪਣੇ ਬਣੇ ਆ ਠੀਕ ਆ ਇਹ ਜਦੋਂ ਬੋਲਦੇ ਹੁੰਦੇ ਆ ਕੁਛ ਵੀ ਪੋਸਟਾਂ ਪਾ ਕੇ ਸਟੋਰੀਆਂ ਪਾ ਕੇ ਪੋਕ ਕਰਦੇ ਆ ਓਇਲ ਆਰਮੀ ਥੋੜ੍ਹੀ ਬੜੀ ਕਾਹਲੀ ਕਰ ਜਾਂਦੀ ਆ ਮਿੰਟੋ ਮਿੰਟ ਚੱਲ ਜਾਂਦੀ ਆ ਹਨਾ ਉਹਨੂੰ ਕਹਿਣ ਯੇ ਉਹ ਫਲਾਨਾ ਤੇ ਉਹ ਕਹਿ ਹੁਣ ਜਿੱਦਾਂ ਯਾਰ ਕੁਛ ਵੀ ਬੋਲ ਰਿਹਾ ਚਲੋ ਸਾਡਾ ਕੰਮ ਇੱਕ ਅਪਡੇਟ ਦੇਣਾ ਇੱਕ ਨਿਊਜ਼ ਦੇਣਾ ਤੁਹਾਨੂੰ ਕਿ ਯਾਰ ਆਹ ਕੁਛ ਚੱਲ ਰਿਹਾ ਇੰਡਸਟਰੀ 'ਚ ਤਾਂ ਕਿ ਤੁਹਾਨੂੰ ਪਤਾ ਹੋਵੇ ਕਿਉਂਕਿ ਨੋਰਮਲੀ ਹਨਾ ਕਿਸੇ ਜੇ ਅਸੀਂ ਨਹੀਂ ਚੀਜ਼ਾਂ ਦੱਸਾਂਗੇ ਤਾਂ ਕਈ ਵਾਰੀ ਚੀਜ਼ਾਂ ਹਾਈਡ ਰਹਿ ਜਾਂਦੀਆਂ ਉਹ ਚੀਜ਼ਾਂ ਦੱਸਣੀਆਂ ਜ਼ਰੂਰੀ ਵੀ ਹੁੰਦੀਆਂ ਬਟ ਸਟਿਲ ਆਪਾਂ ਨੂੰ ਉਹਨਾਂ ਨੂੰ ਹਾਈਪ ਨਹੀਂ ਦੇਣੀ ਚਾਹੀਦੀ ਅਤੇ ਬਾਕੀ ਕਈ ਵਾਰੀ ਹਨਾ ਜਿਹੜਾ ਜੇ ਆਪਾਂ ਇਮੋਸ਼ਨਲੀ ਜਿੱਦਾਂ ਹੁਣ ਮੈਂ ਰੀਸੈਂਟਲੀ ਇਮੋਸ਼ਨਲੀ ਥੋੜ੍ਹਾ ਜਿਹਾ ਜੁੜ ਗਿਆ ਸੀ ਉਸ ਚੀਜ਼ ਨਾਲ ਜਿਹੜੀ ਆਪਣਾ ਸਨੀ ਮਲਟਨ ਨਾਲ ਹੋਈ ਹੈ ਗੱਲਬਾਤ ਬਟ ਆਈ ਥਿੰਕ ਭਾਓ ਨਹੀਂ ਦੇਣਾ ਚਾਹੀਦਾ ਕਿਉਂਕਿ
ਸ਼ੇਰ ਨੂੰ ਫਰਕ ਹੀ ਨਹੀਂ ਪੈਂਦਾ ਨਾ, ਭੇਡਾਂ ਇਹੋ ਜਿਹੀਆਂ ਬਾਰੋ ਬਾਰੀ ਕਿੰਨੀਆਂ ਮਰਜ਼ੀ ਇਕੱਠੀਆਂ ਹੋਈਆਂ ਹਨ। ਸੋ ਬੜੀ ਸਹੀ ਰੈਫਰੈਂਸ ਦਿੱਤੀ ਗਈ ਯਾਰ, ਕੂਲ ਲੱਗੀ ਚੀਜ਼। ਮੈਨੂੰ ਆਵੇ ਬੇਚੈਨ ਹੋ ਗਈ ਇੱਕ ਕੁੜੀ ਭੈਣ ਹੋ ਗਈ, ਔਜਲੇ ਦੇ ਕੰਨਾਂ ਵਿੱਚ ਨੱਤੀਆਂ, ਹੁਣ ਤਾਂ ਨੱਤੀਆਂ ਲਾ ਕੇ ਉਸਤਾਦ ਨੇ ਘੇਰ ਕੁੜੇ ਗੌਲਦੇ ਨਹੀਂ ਸ਼ੇਰ ਕੁੜੇ, ਪਿੰਡਾਂ ਹੁਣ 12 ਵਾਰੀ ਇਕੱਠੀਆਂ, ਚਲ ਖੇਡੇ ਮੈਂ ਨਹੀਂ ਕੋ ਨਾਰਦਾ, ਮੈਂ 10 ਵਾਰੀ ਬਾਹਰਦਾ, ਮੈਂ ਉਹਦੇ ਉੱਤੋਂ 100-100 ਦੀਆਂ ਗੱਠੀਆਂ, ਕੀ ਬਾਤ ਹੈ, ਮੈਂ ਲੱਗੂ ਮਿੱਟਣੇ ਨੂੰ ਸਾਨੂੰ ਥੱਲੇ ਸਿੱਟਣੇ ਨੂੰ, ਕੀ ਬਾਰੀ ਚੱਲਣਾ ਜੀ ਕਰ ਰਿਹਾ ਤਾਂ। ਸਵਾਦ ਆ ਗਿਆ, ਸਵਾਦ ਜਿਹਨੂੰ ਕਹਿੰਦਾ ਨਾ ਡਬਲ ਆਰ, ਬੈਠਾ ਡਬਲ ਆਰ ਵਿੱਚ ਪਾ ਕੇ ਬਾਪੂ ਦੀ ਕਮੀਜ਼, ਕਿਆ ਬਾਤਾਂ ਨੇ ਯਾਰ, ਗੱਲਾਂ ਦਿਲ ਦੀਆਂ, ਦਿਲ ਨੂੰ ਲੱਗੀਆਂ। ਅਤੇ ਕੋਈ ਈ ਪੀ ਸੀ ਪੀ ਤਾਂ ਨਹੀਂ ਅਨਾਊਂਸ ਕਰਤੀ, ਪਤਾ ਕੋਈ ਨਹੀਂ ਹੁੰਦਾ ਇਹਨਾਂ ਨੂੰ, ਲਾਸਟ 'ਤੇ ਕੋਈ ਨਾ ਕੋਈ ਛੱਡ ਹੀ ਜਾਂਦੇ ਆ। ਨੋ ਕਰ ਦਿਉ ਯਾਰ, ਆਈ ਥਿੰਕ ਛੇਤੀ ਅਨਾਊਂਸ ਹੋਊਗਾ ਹੋਰ ਕੁਛ ਨਾ ਕੁਛ, ਜਿੰਨੀ ਕੁ ਹੁਣ ਕੰਸਿਸਟੈਂਸੀ ਨਾਲ ਬਾਈ ਕੰਮ ਕਰ ਰਿਹਾ। ਸਵਾਦ ਯਾਰ ਗਾਣਾ, ਮੈਨੂੰ ਬੜਾ ਘੈਂਟ ਲੱਗਿਆ, ਨੱਚਣ ਨੂੰ ਜੀ ਕਰ ਰਿਹਾ। ਇਹ ਤੁਸੀਂ ਆਪਣਾ ਹੇਟ, ਹੁਣ ਔਜਲੇ ਦੇ ਫੈਨਸ ਆਏ ਨੱਚਣਗੇ, ਆਹਾ ਆਹਾ, ਇੱਕ ਲਿਪ ਕੱਟ ਕੇ ਨਾ ਪਾ ਦਿਓ ਕਦੇ, ਔਜਲੇ ਦੇ ਫੈਨਸ ਰਾਈਟ ਨਾ ਇੱਦਾਂ ਨੱਚ ਰਹੇ ਨੇ, ਸਵਾਦ ਲੈ ਰਹੇ ਨੇ ਗਾਣਾ ਸੁਣ ਕੇ, ਅਤੇ ਕਈਆਂ ਨੂੰ ਮਿਰਚਾਂ ਲੜ ਰਹੀਆਂ ਹੋਣਗੀਆਂ। ਯੂ ਨੋ ਗਾਣਾ ਸੱਚੀ ਉਹ ਬਹੁਤ ਘੈਂਟ ਆ, ਬਹੁਤ ਪਿਓਰ ਜਿਹਾ ਗਾਣਾ ਨਾ, ਮਤਲਬ ਮੋਰ ਓਵ ਬਾਸ, ਗੱਡੀ 'ਚ ਸੁਣਨ ਵਾਲਾ ਗਾਣਾ, ਥੋੜ੍ਹਾ ਜਿਹਾ ਇਕੱਲੇ ਬੈਠ ਕੇ ਸੁਣਨ ਵਾਲਾ ਗਾਣਾ, ਥੋੜ੍ਹਾ ਜਿਹਾ ਗੱਲਾਂ ਰਿਲਾਈਜ਼ ਕਰਨ ਵਾਲੀਆਂ ਵੀ ਹੈਗੀਆਂ ਗਾਣੇ 'ਚ, ਥੋੜ੍ਹਾ ਜਿਹਾ ਫਲੈਕਸ ਵੀ ਆ, ਮੈਨੀਫੈਸਟ ਵੀ ਆ, ਬਟ ਸਟਿਲ ਗਾਣੇ 'ਚ ਦੱਸਿਆ ਗਿਆ ਕਿ ਉਹ ਕਿੰਨਾ ਰੂਟਸ ਨਾਲ ਜੁੜਿਆ ਹੋਇਆ, ਅਤੇ ਕਿੰਨਾ ਉਹਨੇ ਮਤਲਬ ਜੋ ਰੱਬ ਨੇ ਦਿੱਤਾ ਉਹਦੇ ਲਈ ਉਹ ਕਿੰਨਾ ਬਲੈਸਡ ਆ, ਕਿੰਨਾ ਕੁ ਐਪਰੀਸ਼ੀਏਟ ਕਰਦਾ ਉਸ ਚੀਜ਼ ਨੂੰ ਕਿ ਹਾਂ ਇਸ ਮੂਵਮੈਂਟ ਨੂੰ, ਹੈ ਨਾ, ਮਤਲਬ ਚੀਅਰ ਅਪ ਜਿਹਨੂੰ ਆਪਾਂ ਕਹਿ ਸਕਦੇ ਹਾਂ। ਸੋ ਉਹ ਚੀਜ਼ਾਂ ਹੈਗੀਆਂ ਯਾਰ, ਕਿੰਨੀਆਂ ਇੱਕ ਸਹੀ ਚੀਜ਼ ਆ ਯਾਰ, ਮੈਨੂੰ ਤਾਂ ਉਹ ਗੱਲ ਦਿਲ ਨੂੰ ਛੂਹ ਗਈ, ਬੈਠਾ ਡਬਲ ਆਰ ਵਿੱਚ ਪਾ ਕੇ ਬਾਪੂ ਦੀ ਕਮੀਜ਼। ਅੱਜ ਕੱਲ੍ਹ ਕਈ ਲੋਕ ਹੈ ਨਾ ਭੁੱਲ ਜਾਂਦੇ ਆ ਉਹਦੇ ਮਾਂ ਪਿਓ ਨੂੰ, ਥੋੜ੍ਹੇ ਕੁ ਟਾਈਮ ਬਾਅਦ ਜਦੋਂ ਚੱਲ ਜਾਂਦੇ, ਚਲੋ ਮੈਂ ਕਹਿਣਾ ਗਲਤ ਆ ਵੈਸੇ ਤਾਂ ਵੀ ਭੁੱਲ ਜਾਂਦਾ, ਬਟ ਬਹੁਤ ਸੋਸਾਇਟੀ 'ਚ ਇੱਦਾਂ ਦੇ ਵੀ ਮੈਂ ਵੇਖੇ ਕੇਸ ਕਿ ਚੀਜ਼ਾਂ ਨੂੰ ਮਤਲਬ ਲੋਕ ਛੇਤੀ, ਹੈ ਨਾ, ਕਈ ਤਾਂ ਮਤਲਬ ਮਾਂ ਪਿਓ ਦੀ ਯਾਦ ਕਈਆਂ ਲਈ ਤਾਂ ਸਿਰਫ ਇੱਕ ਵਟਸਐਪ ਸਟੇਟਸ ਰਹਿ ਗਈ, ਵਟਸਐਪ 'ਤੇ ਸਟੇਟਸ ਲਾਤਾ ਅਸੀਂ ਉਹਦੇ ਬਾਪੂ ਨੂੰ ਮਿਸ ਕਰਦੇ ਹਾਂ, ਬਟ ਚੀਜ਼ਾਂ ਉਹਦੀਆਂ ਸਾਂਭ ਕੇ ਰੱਖਣੀਆਂ ਯਾਰ, ਉਹਦੀ ਸ਼ਰਟ ਸਾਂਭੀ ਬੈਠਾ ਬੰਦਾ ਯਾਰ, ਇਹ ਇਮੋਸ਼ਨਲ ਚੀਜ਼ਾਂ, ਇਹ ਜਿਹਨੇ ਰੱਖੀ ਉਹੀ ਸਮਝ ਸਕਦਾ, ਜਿਹੜਾ ਬੰਦਾ ਇਹ ਚੀਜ਼ ਨੂੰ ਮਹਿਸੂਸ ਕਰੂ ਉਹੀ ਸਮਝ ਸਕਦਾ। ਸੋ ਗਾਣਾ ਤੁਹਾਨੂੰ ਕਿੱਦਾਂ ਲੱਗਿਆ, ਮਿਰਚਾਂ ਲੜਨੀ ਹੈ ਕਿ ਨਹੀਂ ਇਸ ਗਾਣੇ ਤੋਂ, ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਬਾਕੀ ਮਿਲਦੇ ਆਪਾਂ ਕਿਸੇ ਹੋਰ ਰਿਐਕਸ਼ਨ ਵੀਡੀਓ 'ਚ, ਕੋਈ ਗੱਲਬਾਤ ਕਰਨੀ ਹੁੰਦੀ ਆ ਇੰਸਟਾਗ੍ਰਾਮ 'ਤੇ ਆ ਜਾਇਆ ਕਰੋ, ਬਾਕੀ ਮਿਲਦੇ ਆ।